ਕਿਸਾਨ ਮੇਲੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੋਸਟਰ। ਸਕੇਅਰ ਫੁੱਟ ਦਾ ਬਣਾਇਆ ਪੋਸਟਰ। ਗਿਨੀਜ਼ ਵਰਲਡ ਬੁੱਕ ਦਾ ਰਿਕਾਰਡ ਤੋੜਨ ਦੀ ਕੋਸ਼ਿਸ਼। ਇਸ ਪੱਖੋਂ ਵਧਾਈ ਦੇ ਹੱਕਦਾਰ ਨੇ ਕਿਸਾਨਾਂ ਦੀਆਂ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ? ਇਹਨਾਂ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਆਉਂਦੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ, ਬਲਕਿ ਉਡੀਕਦੇ ਨੇ ਇਸ ਮੇਲੇ ਨੂੰ ਤਾਂ ਜਿੰਨਾ ਇਹਦੇ ਬਾਰੇ ਸਾਲਾਂ ਦੇ ਦੌਰਾਨ। ਇਸ ਵਾਰੀ ਇਹ ਮੇਲਾ ਜਿਹੜਾ ਜੀ ਖਾਸ ਕਰਦੇ ਲੱਗਣਾ ਪੰਜਾਬ ਬਲਕਿ ਨਾਲ ਲੱਗੇ ਜਿਹੜੇ ਸਾਡੇ ਹਰਿਆਣਾ ਕਿਸਾਨਾਂ ਦਾ ਹੈ, ਉੱਤਰ ਪ੍ਰਦੇਸ਼ ਕਿਸਾਨਾਂ ਦਾ ਹੈ, ਉੱਥੋਂ ਵੀ ਕਿਸਾਨ ਵੱਡੀ ਗਿਣਤੀ। ਸਰ ਜੀ ਕਿੱਡਾ ਬੜਾ ਪੋਸਟਰ ਜਿਹੜਾ ਰਿਲੀਜ਼ ਕਰ ਰਹੇ ਹੈਗੇ, ਪੋਸਟਰ ਜਿਹੜਾ ਹੈਗਾ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਵੀ ਕਿਤੇ ਜਾਈਦਾ, ਖਾਸ ਕਰਕੇ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ, ਕਿਉਂਕਿ ਆਪ ਵੀ ਇਸ ਇਹਨਾਂ ਪਰਿਵਾਰਾਂ 'ਚ ਉੱਠੇ ਹਾਂ। ਸੋ ਵਧੀਆ ਲੱਗਦਾ। ਬਾਕੀ ਸਾਡੇ ਵੀਰਾਂ ਨੇ ਹਰਦੀਪ ਸੰਧੂ ਨੇ, ਸੰਜਾ ਵੀ ਸਾਡਾ ਅਤੇ ਸਾਹਿਲ ਸਾਹਿਬ, ਉਹਨਾਂ ਨੇ ਵਧੀਆ ਉਪਰਾਲਾ ਕੀਤਾ, ਬਹੁਤ ਵਧੀਆ ਲੱਗਦਾ। ਬਾਕੀ ਸਾਡੇ ਗਾਣੇ ਵੀ ਇਹੋ ਜਿਹੇ ਹੁੰਦੇ ਨੇ। ਅੱਜ ਕਿਹੜਾ ਕਿਹੜਾ ਗਾਣਾ ਗਾਉਂਗੇ? ਅੱਜ ਜਿਹੜੇ ਗਾਣੇ ਦੀ ਫਰਮਾਇਸ਼ ਕਰ ਰਹੇ ਨੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ? ਕਿਸਾਨ ਵੀਰਾਂ ਨੂੰ ਤਾਂ ਮੈਂ ਇਹ ਸਮਝਦੀ, ਮੈਂ ਆਪਦੇ ਆਪ ਨੂੰ ਇੰਨੀ ਯੋਗਾ ਦੀ ਮੈਂ ਸੁਨੇਹਾ ਦੇ ਸਕਾਂ, ਕਿਉਂਕਿ ਉਹ ਜੋ ਕੁਛ ਵੀ ਕਰਦੀ ਹੈ ਆਪਣੇ ਲੋਕਾਂ ਲਈ ਬਹੁਤ ਵਧੀਆ ਕਰਦੀ ਹੈ। ਵਧੀਆ ਇੱਕ ਓਪਰਚੁਨਿਟੀ ਹੈਗੀ ਆਪਣੇ ਪੰਜਾਬ ਦੇ ਕਿਸਾਨਾਂ ਵਾਸਤੇ, ਈਵਨ ਸਾਰੇ ਪੂਰੀ ਇੰਡੀਆ ਤੋਂ ਲੋਕ ਇੱਥੇ ਪਹੁੰਚਦੇ ਨੇਗੇ, ਤਾਂ ਆਪਣੇ ਪੰਜਾਬੀ ਲੋਕਾਂ ਨੂੰ ਹੋਰ ਅੱਗੇ ਲੈ ਕੇ ਆਉਣ ਵਾਸਤੇ। ਔਰ ਅੱਜ ਜਿਹੜਾ ਅੱਜ ਅਸੀਂ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਆਪਣੇ ਆਪ ਨੂੰ ਦਰਜ ਕਰ ਦੇਣਾ, ਇਸ ਤੋਂ ਵੱਡਾ ਹੋਰ ਮੌਕਾ ਨਹੀਂ ਹੋ ਸਕਦਾ ਕਿ ਵੀ ਸਾਨੂੰ ਅੱਗੇ ਆ ਕੇ ਹੋਰ ਇਹ ਦੱਸਣ ਵਾਸਤੇ ਕਿ ਕਿਸਾਨੀ ਸਾਡੀ ਰੂਹ ਦੇ ਵਿੱਚ ਆ, ਸਾਡੇ ਖੂਨ 'ਚ। ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਬਹੁਤ ਆਓ ਸਪਟੈਂਬਰ ਦੇ ਵਿੱਚ ਜਦੋਂ ਹੋਣਾ ਹੈਗਾ ਮੇਲਾ, ਅਤੇ ਉਸ ਟਾਈਮ ਮੈਂ ਦੁਬਾਰਾ ਮਿਲੂੰਗੀ, ਮੈਨੂੰ ਬਹੁਤ ਚੰਗਾ ਲੱਗੂਗਾ ਸਾਰਿਆਂ ਨੂੰ ਮਿਲ ਕੇ। ਅੱਜ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਪਹੁੰਚ ਕੇ। ਥੈਂਕ ਯੂ।